ਮੈਂ ਮਸਕੀਨ ਜੀ ਦਾ ਇੱਕ ਦ੍ਰਿਸ਼ਟਾਂਤ ਜਿਹੜਾ ਹਰ ਥਾਂ ਸਾਂਝਾ ਕਰਦਾ ਹੈ, ਸ਼ਾਇਦ ਕਿਸੇ ਦੇ ਗੱਲ ਪਕੜ ਵਿੱਚ ਆਵੇ। ਇੱਕ ਅੰਮ੍ਰਿਤਧਾਰੀ ਪਰਿਵਾਰ ਦੇ ਵਿੱਚ ਇੱਕ ਬੀਬੀ ਦੇ ਵਿੱਚ ਕਿਸੇ ਮੁਸਲਮਾਨ ਦੀ ਆਤਮਾ ਆਉਣ ਲੱਗ ਪਈ। ਉਹ ਜਦੋਂ ਆਤਮਾ ਆਉਂਦੀ ਤੇ ਉਰਦੂ ਦੇ ਵਿੱਚ ਬੋਲਣ ਲੱਗ ਪੈਂਦੀ ਸੀ, ਪਰ ਉਹ ਆਤਮਾ ਹਮੇਸ਼ਾ ਉਹਨੂੰ ਕਹਿੰਦੀ ਮੈਂ ਕਥਾ ਸੁਣਨੀ ਹੈ, ਮਸਕੀਨ ਜੀ ਦੀ ਕਥਾ, ਮਸਕੀਨ ਜੀ ਦੀ ਕਥਾ ਸੁਣਵਾਓ ਜਾਂ ਦਰਬਾਰ ਸਾਹਿਬ ਲੈ ਕੇ ਚੱਲੋ, ਮੈਂ ਕੀਰਤਨ ਸੁਣਨਾ ਚਾਹਤਾ ਹਾਂ। ਇੱਕ ਵਾਰੀ ਉਹ ਲੈ ਕੇ ਆਏ ਹੋਏ ਸੀ ਤੇ ਉਸ ਆਤਮਾ ਨੇ ਕਿਹਾ ਕਿ ਮੈਨੂੰ ਮਾਲੂਮ ਹੈ ਮਸਕੀਨ ਜੀ ਆਏ ਹੋਏ ਹੈ, ਮੈਂ ਉਹਨਾਂ ਦਾ ਦੀਦਾਰ ਕਰਨਾ ਚਾਹਤਾ ਹਾਂ। ਮਸਕੀਨ ਜੀ ਨੇ ਕਿਹਾ ਕਿ ਉਹ ਮੇਰੇ ਸਾਹਮਣੇ ਜਦੋਂ ਲੈ ਕੇ ਆਏ, ਗੁਰੂ ਅਰਜਨ ਨਿਵਾਸ 'ਚ ਠਹਿਰੇ ਸੀ, ਤੇ ਉਹਨੇ ਆ ਕੇ ਔਰਤ ਨੇ, ਉਹ ਬੀਬੀ ਨੇ ਉਹਨੂੰ ਬੰਦਿਆਂ ਨੂੰ ਕਿਹਾ ਹਜ਼ੂਰ ਆਦਾ ਬਰਜ਼ ਹੈ। ਮਸਕੀਨ ਜੀ ਕਹਿੰਦੇ ਬੜਾ ਹੈਰਾਨ ਹੋਇਆ ਵੀ ਇਹ ਅੰਮ੍ਰਿਤਧਾਰੀ ਪਰਿਵਾਰ ਹੈ ਤੇ ਇਹ ਕਿਵੇਂ ਬੰਦਿਆਂ ਨੂੰ ਮੁਸਲਮਾਨਾਂ ਨੂੰ ਕਹਿ ਰਹੀ ਆਦਾ ਬਰਜ਼ ਹੈ। ਤੇ ਕਹਿੰਦੇ ਪਰਿਵਾਰ ਦੱਸਿਆ ਵੀ ਆਹ ਮਸਲਾ ਹੈ। ਕਹਿੰਦੇ ਉਹ ਸਮਝ ਕੇ ਉਹਨੂੰ ਪੁੱਛਣ ਲੱਗ ਪਏ ਕਿ ਬਈ ਕਹਾਂ ਕੇ ਹੋ? ਕਹਿੰਦਾ ਮੈਂ ਪਾਕਿਸਤਾਨ ਸੇ ਹੂੰ, ਲਾਹੌਰ ਕੇ ਪਾਸ ਮੇਰਾ ਗਾਓ ਹੈ। ਤੇ ਮਸਕੀਨ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਜੇ ਤੂੰ ਕੀਰਤਨ ਸੁਣਦਾ ਹੈ ਦਰਬਾਰ ਸਾਹਿਬ ਦੇ ਵਿੱਚ ਆਉਣਾ, ਕਿਉਂਕਿ ਇੱਥੇ ਬਦਰੂਹਾਂ ਤਾਂ ਆ ਨਹੀਂ ਸਕਦੀਆਂ, ਤੂੰ ਚੰਗੀ ਆਤਮਾ ਹੋਏਗਾ ਤੇ ਮੇਰੀ ਕਥਾ ਸੁਣਦਾ ਮੈਨੂੰ ਮਿਲਣ ਆਇਆ, ਫਿਰ ਤੂੰ ਭਟਕਦਾ ਕਿਉਂ ਫਿਰਦਾ? ਤੇ ਉਸ ਆਤਮਾ ਨੇ ਮਸਕੀਨ ਜੀ ਨੂੰ ਇਹ ਜਵਾਬ ਦਿੱਤਾ ਸੀ ਕਿ ਜਿੰਨਾ ਮੇਰਾ ਜਪ ਤਪ ਹੈ, ਮੇਰੇ ਅਮਲ ਹੈ, ਮੇਰੇ ਅਮਾਲ ਹੈ, ਉਹਨਾਂ ਦੇ ਮੁਤਾਬਕ ਮੈਨੂੰ ਕੋਈ ਕੁੱਖ ਨਹੀਂ ਮਿਲ ਰਹੀ, ਮੈਂ ਉਡੀਕ ਵਿੱਚ ਹਾਂ। ਜਦੋਂ ਓਨੀ ਪਵਿੱਤਰ ਕੁੱਖ ਕਿਤੇ ਮਿਲੂਗੀ ਤੇ ਮੇਰਾ ਜਨਮ ਆਪਦੀ ਆਪ ਹੋ ਜਾਣਾ ਹੈ, ਜਿੰਨਾ ਚਿਰ ਕੁੱਖ ਨਹੀਂ ਮਿਲਦੀ ਮੈਂ ਆਹੀ ਭਟਕਦਾ ਰਹਿਣਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਇੱਕ ਪਵਿੱਤਰ ਆਤਮਾ ਕਿਸੇ ਪਵਿੱਤਰ ਕੁੱਖ ਦੇ ਵਿੱਚ ਹੀ ਜਨਮ ਲਊਗੀ, ਦੂਜੀ ਅਪਵਿੱਤਰ ਕੁੱਖ ਦੇ ਵਿੱਚ ਉਹਨੇ ਜਨਮ ਨਹੀਂ ਲੈਣਾ, ਜਿਹਦਾ ਨਤੀਜਾ ਸਾਡੇ ਸਾਹਮਣੇ ਹੈ ਕਿ ਜੇ ਮਾਤਾਵਾਂ, ਭੈਣਾਂ, ਬੀਬੀਆਂ ਹਰ ਵੇਲੇ ਨਿੰਦਿਆ ਚੁਗਲੀ ਕਰਨਗੀਆਂ ਜਾਂ ਟੀਵੀ ਤੇ ਬੈਠੀਆਂ ਉਹ ਚੁਗਲਖੋਰੀ ਵਾਲੇ ਸੀਰੀਅਲ ਸਾਡੇ ਵੇਖੀ ਜਾਣਗੀਆਂ, ਸਾਸ ਵੀ ਕਭੀ ਬਹੂ ਥੀ ਇਹ ਉਹ ਇਸ ਤਰ੍ਹਾਂ ਸੀਰੀਅਲ ਵੇਖੀ ਜਾਣਗੀਆਂ, ਤੇ ਜਿਹੜੇ ਬੰਦੇ ਉਹ ਦਾਰੂ ਪੀ ਕੇ ਜਕੜਾਂ ਮਾਰੀ ਜਾਣਗੇ, ਤੇ ਫਿਰ ਤਾਂ ਭਾਈ ਆਪਣੇ ਘਰੇ ਭੂਤ ਨਹੀਂ ਪੈਦਾ ਹੋਣੇ ਹੈ, ਫਿਰ ਤਾਂ ਕੋਈ ਮਹਾਂਪੁਰਖ ਪੈਦਾ ਨਹੀਂ ਹੋਣਾ, ਕਿਉਂਕਿ ਬੀਵੀ ਅਪਵਿੱਤਰ ਹੈ ਤੇ ਕੁੱਖ ਵੀ ਅਪਵਿੱਤਰ ਹੈ। ਤੇ ਕਈ ਲੋਕ ਤਾਂ ਜਿਹੜੇ ਆਪਣੀ ਪਤਨੀ ਤੇ ਨਿਖੜ ਜਾਂਦੇ ਹੈਗੇ ਉਹ ਦਾਰੂ ਪੀ ਲੈਂਦੇ ਹੈ ਜਿਵੇਂ ਆਪਣੇ ਘਰ ਦੀ ਨੀਂਹ ਪਾਉਣ ਲੱਗੇ। ਆਪਾਂ ਕਿੰਨਾ ਵਿਚਾਰ ਕਰਦੇ ਹਾਂ, ਕਈ ਲੋਕ ਪੰਡਤਾਂ ਨੂੰ ਸੱਦਦੇ ਹੈ, ਮਹੂਰਤ ਕਰਦੇ ਹੈ, ਅਰਦਾਸ ਕਰਦੇ ਹੈ, ਬੇਨਤੀ ਕਰਦੇ ਹੈ, ਅਸੀਂ ਆਪਦੇ ਨਵੇਂ ਘਰ ਦੀ ਨੀਂਹ ਰੱਖਣ ਲੱਗੇ ਹੈ, ਉਹ ਤੁਸੀਂ ਆਪਦੀ ਕੋਲ ਦੀ ਨੀਂਹ ਰੱਖਣ ਲੱਗੇ ਹੋ ਤੇ ਸ਼ਰਾਬ ਪੀ ਫਿਰਦੇ ਹੋ, ਮੀਟ ਖਾਈ ਫਿਰਦੇ ਹੋ, ਫਿਰ ਤਾਂ ਦੈਂਤ ਹੀ ਪੈਦਾ ਹੋਣੇ ਹੈ। ਤੇ ਘਰ ਘਰ ਜਿਹੜਾ ਬੁਰੇ ਬਜ਼ੁਰਗਾਂ ਦਾ ਹਾਲ ਹੈ ਕਿ ਪੁੱਤ ਕੁੱਟੀ ਜਾਂਦੇ ਹੈ, ਮਾਪਿਆਂ ਦਾ ਮਾੜਾ ਹਾਲ ਹੈ, ਉਹਦਾ ਬੇਸਿਕ ਕਾਰਨ, ਬੁਨਿਆਦੀ ਕਾਰਨ ਇਹੀ ਹੈ। ਕੋਸ਼ਿਸ਼ ਕਰੋ ਕਿ ਰੱਬ ਦਾ ਨਾਮ ਲਓ, ਕੋਸ਼ਿਸ਼ ਕਰੋ ਬੁਰਾਈ ਤੋਂ ਬਚੋ, ਝੂਠ ਤੋਂ ਬਚੋ। ਆਪਾਂ ਨੂੰ ਪਤਾ ਨਹੀਂ ਹੁੰਦਾ, ਆਪਾਂ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਝੂਠ ਬੋਲੀ ਜਾਂਦੇ ਹਾਂ, ਇਹਦਾ ਮਨ ਰੱਖਣ ਵਾਸਤੇ ਝੂਠ ਬੋਲਤਾ, ਉਹਨੇ ਬੁਰਾ ਮੰਨ ਜਾਣਾ ਸੀ ਝੂਠ ਬੋਲਤਾ, 10-20 ਰੁਪਏ ਪਿੱਛੇ ਝੂਠ ਬੋਲਤਾ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਅਸੀਂ ਸੱਚ ਬੋਲਦੇ ਹਾਂ ਤਾਂ ਅਸੀਂ ਆਪਣਾ ਮੂੰਹ ਰੱਬ ਵੱਲ ਕਰੀ ਖੜੇ ਹੁੰਦੇ ਹਾਂ, ਰੱਬ ਨਾਲ ਮੁਖਾਤਬ ਹੁੰਦੇ ਹਾਂ, ਰੱਬ ਸਾਡੇ ਨਾਲ ਖੜਾ ਹੁੰਦਾ, ਅਸੀਂ ਰੱਬ ਦੇ ਨਾਲ ਖੜੇ ਹੁੰਦੇ ਹਾਂ। ਜਦੋਂ ਅਸੀਂ ਝੂਠ ਬੋਲਦੇ ਹਾਂ ਭਲਾ ਛੋਟੀ ਗੱਲ ਪਿੱਛੇ ਜਾਂ ਵੱਡੀ ਗੱਲ ਪਿੱਛੇ, ਤੇ ਅਸੀਂ ਰੱਬ ਵੱਲ ਪਿੱਠ ਕਰ ਰਹੇ ਹੁੰਦੇ ਹਾਂ। ਕੀਮਤ ਬਹੁਤ ਵੱਡੀ ਗੱਲ, 10-20-50 ਰੁਪਏ ਦੀ, ਕਿ ਇਹਦਾ ਮੂੰਹ ਮੱਥਾ ਰੱਖਣ ਦੀ। ਮੂੰਹ ਮੱਥਾ ਅਸੀਂ ਦੁਨਿਆਵੀ ਤੌਰ ਤੇ ਰੱਖਣਾ ਚਾਹੁੰਦੇ ਹਾਂ, ਜਿਸ ਮਾਲਕ ਨਾਲ ਮੂੰਹ ਮੱਥਾ ਰੱਖਣ ਦੀ ਲੋੜ ਹੈ ਉਹ ਅਸੀਂ ਭੁੱਲੇ ਰਹਿੰਦੇ ਹਾਂ। ਸੋ ਕੋਸ਼ਿਸ਼ ਕਰਿਓ,